ਸੋਹਣਾ ਆਊਟਫਿਟ ਆ ਪੂਰਾ ਤਾਂ ਅੰਦਰ ਰੇਟ ਦੱਸਿਓ ਕਿ ਸੋ ਗਾਇਸ ਅਸੀਂ ਸਾਰੇ ਘਰ ਦੇ ਪਰਦੇ ਵੀ ਚੇਂਜ ਕਰਨੇ ਨੇ ਅੱਜ ਫੇਰ ਆਪਾਂ ਸਵਾਰੀ ਕਰਾਂਗੇ ਮਿਸਟਰ ਕ੍ਰਿਸ ਨਾਲ ਸਕੂਟਰੀ ਤੇ ਕਿਉਂਕਿ ਗੱਡੀ 'ਚ ਸਾਰੇ ਜਾਣੇ ਦੀ ਜਗ੍ਹਾ ਹੈ ਨਹੀਂ ਸੀਗੀ ਅਤੇ ਕ੍ਰਿਸ ਵਿਚਾਰਾ ਇਕੱਲਾ ਰਿਹਾ ਸੀ ਮੈਂ ਕਿਹਾ ਚੱਲ ਇਕੱਲੇ ਨੂੰ ਕਾਹਨੂੰ ਛੱਡਾਂ ਕ੍ਰਿਸ ਨਾਲ ਆਪਾਂ ਬਹਿ ਜਾਂਦੇ ਹਾਂ ਕਿ ਨਹੀਂ ਕ੍ਰਿਸ ਤੁਰ ਪਓ ਬਾਈ ਇਹ ਤਾਂ ਖਾਣ ਪੀਣ ਲੱਗ ਗਏ ਸਾਡੇ ਤੋਂ ਸਕੂਟਰੀ ਸਟਾਰਟ ਕਰਵਾ ਲਈ ਆਸਟ੍ਰੇਲੀਆ ਵਾਲਾ ਡਿਕੈਥਲਨ ਤਾਂ ਦੇਖਿਆ ਹੋਇਆ ਸਾਡਾ ਪਹਿਲਾਂ ਤਾਂ ਮੈਨੂੰ ਆਈਡੀਆ ਨਹੀਂ ਸੀਗਾ ਵੀ ਉੱਥੇ ਵੀ ਡਿਕੈਥਲਨ ਹੈਗਾ ਅਤੇ ਹੁਣ ਅੱਜ ਇੰਡੀਆ ਵਾਲਾ ਦੇਖ ਰਿਹਾ ਸਾਈਕਲ ਲੈਣਾ ਸੀ ਗਰਨੂਰ ਲਈ ਉਹ ਫੜੀ ਨੇ ਮੈਂ ਇਹੋ ਜਿਹੇ ਟੈਂਟ ਲਾ ਲਏ चेक कर रही है समान की लो तेने लेना भी योगा मैट फिर कहीं नहीं मैट नहीं है बहाने ला नहीं है चल पी तैयार की चेक उधर साइकिल चलाउणी औखा लग रहा यार वो चला लूगा यार मैं हाँ एदा निम्मा हो जू मैनू पता ना वो बड़े ही भरदा है छोटा तो भगा के मारदा है मैनू साइकिल बच्चे वाली लेके दे सारे जने गेड़े मारदे लगे ने एक उधरों आंदे एक इधरों बंदा जांदा बैठना भी सौखा जी बस 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 भलवान बस ममा कहते बन के देखो मैं देखती फोन च हां फिर मैं पर मैं कितो नहीं मिले अज मैं खड़ी खड़ी की निगाह पैगी उ मैं आ चीज है जेडी मैं मंगती थी इना भी नहीं मैं कद कहती थी सारे पासे साइकिल घुमाते हाँ वधिया लग रही है हाँ ये भी फ्रेम चेक करो लगा के वैसे तो मेरे को हैगी सी ऑस्ट्रेलिया तो लई सी बट मैं एक कीरत लई भी लैनी है क्योंकि जो असी सारा दिन लैपटॉप वगैरह यूज करते हैं जां फोन वगैरह यूज करते हैं तां ये तो बिना एडिटिंग करा ना मेरा सिर बहुत ज्यादा भारी होने लग जाता सो मैं कीरत लई भी लईयां रखी वो फोन बड़ा देख रही है ना थैंक यू सो मच आगे करो तुम आगे करो तुसी मेरे विच का तो मारी साइकिल तो दोए लग गया बाद पता लगूगा कोई गल नहीं
ਸਾਈਕਲ ਤਾਂ ਐਂ ਤਿਆਰ ਹੋ ਰਿਹਾ ਜਿਵੇਂ ਮੋਟਰਸਾਈਕਲ ਹੀ ਰੈਡੀ ਹੁੰਦਾ ਹੁੰਦਾ ਜੀ ਬਈ ਅੱਗੇ ਮੋਟਰਸਾਈਕਲ ਇੰਨੇ ਦੇ ਆ ਜਾਂਦੇ ਤੇ ਸਹੀ ਗੱਲ ਹੈ ਜੀ ਸਾਡੀ ਲੜਾਈ ਹੋ ਰਹੀ ਹੈ ਫੁੱਫੜ ਜੀ ਕਹਿੰਦੇ ਮੈਂ ਲੈ ਕੇ ਜਾਊਂ ਸਾਈਕਲ ਮੈਂ ਮੈਂ ਲੈ ਜਾਊਂਗਾ ਇਹ ਫੁੱਫੜ ਜੀ ਮੇਰੇ ਮੁਤਾਬਕ ਸਹੀ ਬਰਥਡੇ ਗਿਫਟ ਆ ਬੱਚੇ ਨੂੰ ਹਾਂ ਹਾਂ ਵੀ ਉਹ ਚੀਜ਼ ਲੈਣ ਨਾਲੇ ਬੜੀ ਚੀਜ਼ ਲੈ ਲਈ ਤਾਂ ਹੀ ਨਹੀਂ ਪਹਿਲਾਂ ਮੈਂ ਲੈ ਆਤੀ ਪਹਿਲਾਂ ਕਹਿ ਰਹੇ ਤੇ ਵੀ ਲੈ ਆਉਨੇ ਆ ਮਹਾ ਨਹੀਂ ਹਜੇ ਨਹੀਂ ਲੈਂਦੇ ਨਾਲੇ ਤਾਂ ਮਹਾ ਗਿਫਟ ਦਾ ਹੋਊਗਾ ਨਾਲੇ ਸਾਈਕਲ ਆ ਜਾਊਗਾ ਨਾਲੇ ਹੁਣ ਆਪਾਂ ਚੀਜ਼ ਵੀ ਵਧੀਆ ਲੈ ਲਈ ਨਾ ਜੀ ਰਣਧੀਰ ਸਿੰਘ ਥੋੜਾ ਟਾਈਮ ਕੱਟੀ ਤੁਹਾਡੇ ਵੀ ਕੰਮ ਆ ਜਾਓ ਉਹਦੇ ਵੀ ਕੰਮ ਆ ਜਾਓ ਪਾਰਟੀ ਹੋ ਗਈ ਉਫੜ ਦੀ ਵੱਲ ਹਾਂ ਜੀ 1100 ਦਾ ਸ਼ਗਨ ਮੋਦੀ ਸਾਹਿਬ ਲੈ ਗਏ ਚੋ 1100 ਦਾ ਸ਼ਗਨ ਭਗਵੰਤ ਮਾਨ ਜੀ ਨੂੰ ਗਿਆ ਅੱਛਾ ਵੀ ਟੈਕਸ ਜੀਐਸਟੀ ਤੇ ਉਹ ਠੀਕ ਹੈ ਮਤਲਬ ਸਾਰੇ ਉਹ ਪਾਰਟੀ ਪਹਿਲੀ ਲੈ ਗਏ ਆਪਦੀ ਸਾਰਿਆਂ ਨੂੰ ਵਧਾਈ ਲੈਂਦੇ ਨੇ ਕਿਹੜੀ ਬਾਈਕ ਲੈਣੀ ਹੈ ਇਹ ਵਾਲੀ ਪਾਪਾ ਤਾਂ ਕਹਿੰਦੇ ਹੈਗੀ ਹੈ ਤੇਰੇ ਕੋਲ ਹਾਂ ਲੈ ਝੂਠ ਕਿਉਂ ਬੋਲ ਰਹੀ ਹੈ ਤੂੰ ਹੁਣ ਇੱਕ ਹੋਰ ਲੈਣੀ ਹੈ ਉਹ ਤਾਂ ਚੱਲਦੀ ਨਹੀਂ ਪਹਿਲਾਂ ਹੂੰ ਤੇ ਉਹ ਵੀ ਚਲਾ ਸਕਦੇ ਚਲਾ ਕੇ ਦਿਖਾ ਲਾ ਬਾਈ ਬਸ ਤੈਨੂੰ ਤਾਂ ਆਉਂਦੀ ਹੈ ਆਉਂਦੀ ਦੋ ਸਾਈਕਲ ਕੀ ਕਰੇਂਗੇ ਫਿਰ ਕੋਈ ਨਾ ਦੇ ਦਾਂਗੇ ਕੋਈ ਚੱਕਰ ਹੀ ਨਹੀਂ ਅਗਲੇ ਵਾਰਡੇ ਤੇ ਤੈਨੂੰ ਆਹੀ ਗਿਫਟ ਦੇ ਦਾਂਗੇ ਤੂੰ ਤਾਂ ਮੰਗਦਾ ਹੀ ਨਹੀਂ ਹੈਗਾ ਤੈਨੂੰ ਤਾਂ ਕਹਿਣੇ ਹੁੰਦੇ ਤੂੰ ਮੰਗ ਤਾਂ ਲੈ ਕੁਛ ਹੈ ਹੁਣ ਹੀ ਲੈ ਲਾ ਨਹੀਂ 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 ਹੈਗਾ ਆਪਣੇ ਕੋਲ ਹਜੇ ਮੈਂ ਅੰਕਲ ਨਾਲ ਲਾਈ ਹੋਈ ਹੈ ਸ਼ਰਤ ਵੀ ਜਦੋਂ ਨਾ ਤੁਸੀਂ ਸੰਤਾ ਦੇ ਪਾਪਾ ਕਹਿ ਰਹੇ ਸੀ ਜਦੋਂ ਮੈਂ ਆਉਂਗਾ ਮੈਂ ਸਾਈਕਲ ਤੇ ਆਉਂਗਾ ਮੈਂ ਤੁਹਾਨੂੰ ਭਵਾਨੀਗੜ੍ਹ ਤੋਂ ਸਾਈਕਲ ਤੇ ਰਿਸੀਵ ਕਰਕੇ ਲੈ ਕੇ ਜਾਊਂਗਾ ਟ੍ਰੈਂਡਿੰਗ ਚ ਆ ਨਾ ਜਦੋਂ ਆਪਾਂ ਲਾਸਟ ਟਾਈਮ ਆਏ ਆ ਉਦੋਂ ਆਪਾਂ ਪਹਿਲੀ ਵਾਰ ਗਏ ਆ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇੰਨੇ ਜੈਨੂਇਨ ਪ੍ਰਾਈਸਸ ਇੰਨੇ ਵਧੀਆ ਸਟਾਈਲਸ ਉਹਨਾਂ ਦੇ ਆ ਪਾਈ ਹੋਈ ਸੀ ਜੈਕਟ ਇਹਦੇ ਅੰਦਰ ਆ ਕੇ ਕਢਾਉਂਦੀ ਐ ਕਿਉਂ ਪਤਾ ਨਹੀਂ ਗਰਮੀ ਆਉਂਦੀ ਐ ਕਿ ਡਿਜ਼ਾਈਨ ਸਟਾਈਲ ਮਾਰਦੀ ਐ ਸਟਾਈਲ ਹੋ ਰਿਹਾ ਪਤਾ ਕਿ ਨਾ ਜੂੜੀਆ ਬੂਟ ਤਾਂ ਮਾੜੇ ਨਹੀਂ ਬਾਬੇ 1000 ਦੇ ਦੇਖ ਲਾ ਹਣਾ ਨੀਚੇ ਦੀ 1000 ਦੇ ਸਿਰਫ ਐਡੀਡਾਸ ਦੀ ਚੱਪਲ ਦੀ ਕਾਪੀ ਵੀ ਕੱਢ ਰੱਖੀ ਇਹਨਾਂ ਨੇ ਜਿਵੇਂ ਦੀ ਪਹਿਲਾਂ ਪੈਂਟ ਕਹਿੰਦੀ ਉਵੇਂ ਦੀ ਲੈਣੀ ਐ ਸੇਮ ਨਹੀਂ ਪੁੱਤੋਂ ਮਿਲੇਗੀ ਉਹ ਕਲਰ ਕਿਹੜਾ ਸੀ ਦੱਸ ਕਿਹੜਾ ਕਲਰ ਸੀ ਇਹਨਾਂ ਚੋਂ ਬਲੂ ਕਿਹੜਾ ਹਾਂ ਇਹ ਆ ਦੇਖੋ ਬਲੂ ਨੇ ਸਕਾਈ ਬਲੂ ਹੈ ਉਹ ਸੀ ਸਕਾਈ ਬਲੂ ਸਹੀ ਕੀ ਕਹਿੰਦੇ ਨਹੀਂ ਮੈਂ ਕਹਿੰਦਾ ਤੁਹਾਡੇ ਵੀ ਆਉਂਦੀ ਹੈ ਵੀਰੇ ਦੇ ਤਾਂ ਕਿੱਥੇ ਆ ਜਾਊਗੀ ਆ ਦੇਖ ਲਾਇਓ ਲੰਗਾਈ ਚ ਆਉਂਦੀ ਹੈ ਚੜ੍ਹ ਚੜ੍ਹ ਲੈਣੀ ਤੇ ਕੋਈ ਨਹੀਂ ਇਹ ਨਹੀਂ ਸੋਹਣੀ ਪਸੰਦ ਨਹੀਂ ਨੌਕਰੇ ਥੱਲੇ ਵੀ ਨਹੀਂ ਆਉਂਦੀ ਬਈ ਗਾਇਸ ਵੀਰੇ ਦਾ ਚੈਨਲ ਆ ਤੇ ਆ ਗਾਣਾ ਆਇਆ ਜ਼ਰੂਰ ਸਪੋਰਟ ਕਰਿਓ ਦੱਬ ਕੇ ਅਮਨ ਲੌਂਗੀਆ ਵੀਰੇ ਦਾ ਨਾਂ ਆ ਉਹਦੇ ਪਿੱਛੇ ਭੱਜ ਲਈ ਵੀ ਉਹ ਲੈਣੀ ਆ ਬਹੁਤ ਪੱਕੀ ਹੈ ਇਹ ਲਾ ਕੇ ਦੇਖੋ ਮੈਨੂੰ ਪਤਾ ਸੀ ਇਹਨੂੰ ਪਸੰਦ ਨਹੀਂ ਆ ਮੇਰੀ ਫੇਵਰੇਟ ਇਹਦੀ ਬਣ ਵੀ ਗਈ ਆ ਹਾਂ ਅੱਛਾ ਪਿੰਕੀ ਪ੍ਰੋਮਿਸ ਇੱਥੇ ਦੇਖੋ ਸਾਰੇ ਕੁਝ ਪਾਉਣਾ ਪਿੰਕੀ ਪ੍ਰੋਮਿਸ ਨਹੀਂ ਮੰਮਾ ਨੇ ਕਿਹਾ ਕੁਝ ਨਹੀਂ ਦਵਾਉਣਾ ਬਸ ਪਿੰਕੀ ਪ੍ਰੋਮਿਸ ਆਏ ਹੁੰਦੀ ਆ ਉੱਠਾ ਹੋ ਗਿਆ ਪਿੰਕੀ ਪ੍ਰੋਮਿਸ ਉਲਟਾ ਆ ਗਿਆ ਕੰਮ ਇਹ ਹਾਫ ਪ੍ਰਾਈਸ ਤੇ ਆ ਹਾਂਜੀ ਸਰ ਇਸ ਤੇ 50% ਆਫ ਰੇਟ ਫਿਰ ਤਾਂ ਸਹੀ ਆ 1300 ਦੀ ਬੰਦੀ ਆ ਦੋ ਲੈ ਲਈਏ ਇੰਨੀਆਂ ਬੈਡ ਸ਼ੀਟ ਇਕੱਠੀਆਂ ਕੀਤੀਆਂ ਮੈਨੂੰ ਰਹਿਣ ਦੇ ਤੂੰ ਫਿਰ ਬਾਤ ਕਹਿਣੀ ਹੁੰਨੀ ਆ ਹੈ ਨਹੀਂ ਕੋਈ ਓਕੇ ਪਿਲੋ ਕੇਸਸ ਲੈ ਲਓ ਪਿਲੋ ਕੇਸ ਨਾਲ ਆਉਣਗੇ ਓ ਹਾਂ ਆ ਸੋਹਣਾ ਕਲਰ ਆ ਗੋਲਡਨ ਜਾ ਮੈਂ ਆਪਣੇ ਰੂਮ ਦੇ ਨਾਲ ਜਾਂਦੇ ਆ ਠੀਕ ਐ ਕਰੋ ਵੀਰੇ ਇੱਕ ਆ ਗੋਲਡਨ ਦੇ ਦੋ ਦੇਖ ਤਾਂ ਅੱਗੇ ਵੀ ਚੈੱਕ ਕਰਦੀ ਆ ਕਹਿੰਦੀ ਆ ਤਾਂ ਅੱਗੇ ਨਹੀਂ ਤੇ ਫਿਰ ਕਰਨੇ ਨਹੀਂ ਇਹ ਦੇ ਦੋ ਵੀਰੇ ਇੱਕ ਪੀਸ ਠੀਕ ਹੈ ਇਹੀ ਦੋ ਲੈ ਲਓ ਇਹੀ ਕਲਰ ਲੈ ਲਓ ਕਿ ਨਹੀਂ ਸੇਮ ਕੀ ਕਰਨਾ ਉਹ ਫਿਰ ਉਹ ਬੱਚਾ ਕਰਕੇ ਨਾ ਛੇ ਖਰਾਬ ਮੈਲਾ ਹੋਊ ਜਲਦੀ ਪ੍ਰਿੰਸੈਸ ਨਹੀਂ ਮੈਨੂੰ ਪਤਾ ਸੀ ਮੈਂ ਦੇਖਿਆ ਇਹ ਚੱਕੂਗੀ ਆਹੇ ਜਿਹੇ ਪਰਦੇ ਸੋਹਣੇ ਲੱਗਦੇ ਨੇ ਘਰੇ ਲੱਗੇ ਹੋਏ ਇੱਕ ਕਲਰ ਦੇ ਨਾ ਸਾਰੇ ਬਹੁਤ ਗਏ ਸੀ ਸਾਰੇ ਘਰ ਦੇ ਪਰਦੇ ਵੀ ਚੇਂਜ ਕਰਨੇ ਨੇ 1000 ਦੇ ਦੋ ਨੇ ਬਾਬੇ ਹੈ ਦੋ ਹਾਂ ਦੋ ਦੋ ਸ਼ੇਅਰ ਆ ਨਾ ਫਿਰ ਇਹੀ ਕਹਿ ਰਹੇ ਸੀਗੇ ਅੰਦਰ ਅਗਰ ਇਹ ਕਿੰਨੇ ਦਾ ਇਹ ਡਬਲ ਸ਼ੇਅਰ ਸਰ ਇਹ 1100 ਦੀ ਰੇਂਜ ਚ ਰਹੇਗਾ ਇੱਕ ਸਿੰਗਲ ਕਟਨ ਜਾਏਗਾ 9 ਫੁੱਟ ਲੈਂਥ ਰਹੇਗੀ 3 ਫੁੱਟ ਚੌੜਾਈ ਰਹੇਗੀ ਸਰ ਆਇਆ ਵੀਰੇ ਕੁਝ ਪਸੰਦ ਬੈੱਡ ਸ਼ੀਟ ਚੇਂਜ ਕਰ ਲਈ ਆਵਲੀ ਵਾਰ ਚੇਂਜ ਕੀਤੀ ਆਵਲੀ ਲੈ ਕੁਝ ਕਦੇ ਕੁਝ ਕਿਉਂਕਿ ਇਹ ਕਰੀਮ ਸਾਡੇ ਕੋਲ ਆਲਰੇਡੀ ਹੈਗੀ ਸੀ ਆ ਗਈ ਪਸੰਦ ਫਾਈਨਲੀ ਪਰ ਇਹ ਜਾਰੇ ਸੋਹਣੇ ਨੇ ਉਹਦੇ ਨਾਲ ਐਗਜ਼ੈਕਟ ਸੇਮ ਲਏ ਆ ਉਹਨਾਂ ਤੇ ਐਵੇਂ ਲਿਖਿਆ ਚਲੋ ਕੰਟੇਨਰ ਭਰ ਕੇ ਲਿਆਵਾਂਗੇ ਜਦੋਂ ਘਰ ਪਾਲਿਆ ਸੀਰੀਅਸਲੀ ਇੰਨੀਆਂ ਵਧੀਆ ਚੀਜ਼ਾਂ ਨਹੀਂ ਮਿਲਦੀਆਂ ਇਹਨਾਂ ਨੇ ਉਹ ਤੇ ਉਂਗਲੀਆਂ ਪਾਈ ਜਾਂਦੀ ਆ ਦੱਸ ਪਾਣੀ ਰੁਕਦੀ ਆ ਕੰਟੇਨਰ ਭਰਵਾ ਦੇ ਸਾਡੇ ਨਾਲ ਅਸੀਂ ਇੱਥੇ ਲਿਆਵਾਂਗੇ ਸਾਰਾ ਸਮਾਨ ਉੱਥੇ ਇੰਨੀ ਵੈਰਾਈਟੀ ਨਹੀਂ ਮਿਲਦੀ ਆਪਣੇ ਪਿੰਡ ਕਾਕੇ ਨੂੰ ਕਹਿ ਦਾਂਗੇ ਟੈਂਪੂ ਦੇ ਛੱਡੇ ਉਹ ਇਸਮੇ ਮੇਰੇ ਕੱਪੜੇ ਆ ਮੇਰੇ ਆ
इंदर कहते अज तो मैं पछाऊंगा न्यू बेडशीट वह कहते अज मैं पाऊंगी न्यू कपड़े अच्छा भतीजी सेम नहीं कीरत ਦੇ ਪਾਪਾ ਨਾਲ 2 ਦਿਨ ਹੋ ਗਏ ਸੀ ਕਾਫੀ ਬਿਮਾਰ ਚੱਲ ਰਹੇ ਸੀਗੇ ਇੱਕ ਤਾਂ ਗਾਇਸ ਹੁਣ ਉਹਨਾਂ ਨੂੰ ਸ਼ੂਗਰ ਹੀ ਆ ਜਿਵੇਂ ਤੁਹਾਨੂੰ ਪਤਾ ਤੇ ਚਾਹ ਵਗੈਰਾ ਕਾਫੀ ਜ਼ਿਆਦਾ ਪੀਂਦੇ ਰਹਿੰਦੇ ਆ ਤੇ ਕਾਫੀ ਸਿੱਕ ਹੋ ਗਏ ਸੀਗੇ ਤਾਂ ਹੀ ਕੀਰਤ ਕੱਲ ਵਾਲੇ ਵਲੌਗ 'ਚ ਵੀ ਬਹੁਤ ਘੱਟ ਆਈ ਸੀਗੀ ਸ਼ਾਮ ਜੇ ਨੂੰ ਘਰੇ ਆਈ ਸੀਗੀ ਇਹ ਪਾਪਾ ਕੋਲ ਗਈ ਸੀਗੀ ਵਿਜ਼ਿਟ ਕਰਨ ਅੱਜ ਵੀ ਅਸੀਂ ਸਾਰਾ ਦਿਨ ਉਹਨਾਂ ਨਾਲ ਸੀਗੇ ਪਾਪਾ ਮੰਮੀ ਨਾਲ ਤੇ ਸ਼ਾਮ ਜੇ ਨੂੰ ਆ ਕੇ ਬਸ ਮਾੜੇ ਜਿਹੇ ਸਮਾਨ ਜਿਹਾ ਲੈਣਾ ਸੀਗਾ ਫਿਰ ਉਹ ਲਿਆ ਬਾਕੀ ਅਸੀਂ ਅੱਜ ਡਾਇਟ ਚਾਰਟ ਲਿਆ ਪਾਪਾ ਲਈ ਕਿਉਂਕਿ ਡਾਇਟ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਆਪਣੀ ਡਾਇਟ ਦਾ ਧਿਆਨ ਰੱਖਣਾ ਖਾਸ ਕਰਕੇ ਹੈ ਨਾ ਜਦੋਂ ਤੁਹਾਡੀ ਏਜ ਵੱਡੀ ਹੋ ਜਾਂਦੀ ਆ ਮੇਰੇ ਪਾਪਾ ਬਹੁਤ ਜ਼ਿਆਦਾ ਚਾਹ ਪੀਂਦੇ ਸੀਗੇ ਉਹ ਚੀਜ਼ ਵੀ ਇਫੈਕਟ ਕਰਦੀ ਆ ਬਸ ਹੈਲਦੀ ਡਾਇਟ ਰੱਖਣੀ ਆ ਉਹਨਾਂ ਦੀ ਫਰੂਟਸ ਹੋ ਗਏ ਮਲਟੀਗ੍ਰੇਨ ਆਟੇ ਦੀ ਰੋਟੀ ਹੋ ਗਈ ਹੈ ਨਾ ਤੇ ਨਾਰਮਲ ਜਿਵੇਂ ਨਾ ਕੋਈ ਵੀ ਘਿਓ ਵਗੈਰਾ ਕੁਛ ਯੂਜ਼ ਨਹੀਂ ਕਰਨਾ ਹੈਗਾ ਬਸ ਸਰੋਂ ਦਾ ਤੇਲ ਜਾਂ ਫਿਰ ਓਲਿਵ ਓਇਲ ਦੇ ਵਿੱਚ ਉਹ ਵੀ ਇੱਕ ਤੋਂ ਦੋ ਚਮਚਾ ਯੂਜ਼ ਕਰਨਾ ਓਇਲ ਦਾ ਖਾਣਾ ਬਣਾਉਣ ਵਾਸਤੇ ਤੇ ਬਸ ਇਹ ਬੇਸਿਕ ਚੀਜ਼ਾਂ ਨੇ ਥੋੜਾ ਜਿਹਾ ਧਿਆਨ ਰੱਖਣਾ ਬਾਕੀ ਅਸੀਂ ਡਾਈਟੇਸ਼ਨ ਤੋਂ ਪ੍ਰੋਪਰ ਡਾਈਟ ਲਈ ਆ ਤਾਂ ਕਿ ਉਹ ਫੋਲੋ ਕਰ ਸਕਣ ਤੇ ਦੋ ਚੀਜ਼ਾਂ ਸੀਗੀਆਂ ਲੈਣ ਵਾਲੀਆਂ ਤੇ ਉਹ ਅਸੀਂ ਆਉਂਦੇ ਹੋਏ ਲੈ ਆਏ ਸੀਗੇ ਹੁਣ ਸਟ੍ਰਿਕਟਲੀ ਅਸੀਂ ਉਹਨਾਂ ਨੂੰ ਕਹਿਣਾ ਵੀ ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਨੇ ਹਾਂ ਕਿਉਂਕਿ ਡਾਈਟ ਦਾ ਬਹੁਤ ਘੱਟ ਧਿਆਨ ਰੱਖਦੇ ਆ ਕੋਈ ਮਲਟੀਗ੍ਰੇਨ ਆਟਾ ਵਗੈਰਾ ਤੇ ਦਲੀਆ ਵਗੈਰਾ ਲੈ ਲੇ ਤੇ ਇੱਕ ਚੀਜ਼ ਮੈਨੇ ਗਿੰਨੂ ਲਈ ਲਈ ਆ ਗਿੰਨੂ ਦੇਖ ਮੇਰੇ ਵੀ ਫੇਵਰੇਟ ਤੇਰੇ ਵੀ ਫੇਵਰੇਟ ਨੇ रात नू बच्चे क्यों आंदे ने इन्नी लेट ਤੁੰਦ ਤਾਂ ਹੈ ਨੀ ਜੀ ਅੱਜ ਆ ਤਾਂ ਕਹਿੰਦੇ ਹੈਗੀ ਆ ਅੱਛਾ ਦਲੀ ਹੈ ਇਹ ਦਲੀ ਆ ਮਲਟੀਗ੍ਰੇਨ ਮੋਹ ਵੀ ਤੇ ਮੂੰਗੀ ਆ ਉਹ ਨਹੀਂ ਮੂੰਗੀ ਮੈਂ ਸੇ ਕਈ ਜਨੇ ਮਲਟੀਗ੍ਰੇਨ ਦਲੀ ਆ ਨਾ ਫਿਰ ਇਹੀ ਦਲੀ ਤਾਂ ਹੈ ਅੱਛਾ ਇਹ ਮਲਟੀਗ੍ਰੇਨ ਹੈ ਹਾਂਜੀ ਉਹ ਚੌਲਾਂ ਵਾਲਾ ਹੈ ਫਿਰ ਜਿਹੜਾ ਆਪਾਂ ਬਣਾਤਾ ਸੀ ਹਾਂ ਇਹ ਮਲਟੀਗ੍ਰੇਨ ਹਾਂ ਇੰਨਾ ਕੁਛ ਕੀ ਲਿਆਉਣ ਦੀ ਲੋੜ ਸੀ ਜਿਹੜੇ ਤੁਸੀਂ ਮੈਨੂੰ ਜਵਾਈ ਪੁੱਤ ਕਹਿੰਦੇ ਹੋ ਨਾਲੇ ਤੁਸੀਂ ਪੁੱਤਾਂ ਵਾਂਗੂ ਰੱਖ ਦਿੰਦੇ ਹੋ ਨਾ ਨਾ ਮੈਂ ਤਾਂ ਬੇਟਾ ਕਹਿੰਦਾ ਨਹੀਂ ਗੱਲ ਜੇ ਹੁਣ ਮੈਂ ਤੁਹਾਡਾ ਪੁੱਤ ਹੁੰਦਾ ਤੁਸੀਂ ਵੀ ਕਹਿੰਦੇ ਚਲੋ ਏ ਜਵਾ ਜਿੱਤੇ ਅੱਕੇ ਲਿਆ ਮੈਨੂੰ ਉਵੇਂ ਕਹਿ ਸਕਦੇ ਹੋ ਤੁਸੀਂ ਡੈਡੀ ਤੁਸੀਂ ਰੈਸਟ ਕਰਨੀ ਆ ਹੁਣ ਪੂਰੀ ਮੈਂ ਤਾਂ ਹੁਣ ਬੈਠੀ ਰਹਿਣਾ ਇੱਥੇ ਠੀਕ ਹੈ ਜੀ ਡੇਲੀ ਇੱਕ ਐਪਲ ਤੁਸੀਂ ਖਾਣਾ ਇੱਕ ਪਾਪਾ ਨੂੰ ਖਵਾਉਣਾ ਦੇਖ ਲਓ ਹੁਣ ਖਾਣਾ ਪੈਣਾ ਕੱਲ ਸਾਡੇ ਨਾਲ ਬੋਡੀਗਾਰਡ ਹੋਣਗੇ ਪਹਿਲੀ ਵਾਰੀ ਪਾਪਾ ਦੱਸ ਰਿਹਾ ਪਾਪਾ ਕੱਲ ਸਾਡਾ ਅਸੀਂ ਇਵੈਂਟ ਕਲੀਅਰਲੀ ਅਸੀਂ ਮਨਾ ਕੀਤਾ ਸੀਗਾ ਉਹਨਾਂ ਨੂੰ ਬਟ ਜੇ ਸਾਡੀ ਟੀਮ ਤਾਂ ਸਾਨੂੰ ਉਹ ਚੀਜ਼ ਕਰਨੀ ਕੱਲ ਸਾਡਾ ਹੈਗਾ ਆ ਈਵੈਂਟ ਨਿਊ ਈਅਰ ਦਾ ਈਵੈਂਟ ਹੈ ਤੇ ਐਂਡ ਉੱਥੇ ਜਾਣ ਲਈ ਜਿਹੜਾ ਮੈਂ ਆਊਟਫਿਟ ਪਾਉਣਾ ਹੈ ਉਹ ਮੈਨੂੰ ਭੇਜਿਆ ਸੁਖਮਨੀ ਫੈਸ਼ਨ ਨੇ ਇਹਨਾਂ ਨੇ ਪਹਿਲਾਂ ਵੀ ਮੈਨੂੰ ਆਊਟਫਿਟ ਭੇਜਿਆ ਹੋਇਆ ਤੇ ਬਹੁਤ ਸੋਹਣਾ ਆਊਟਫਿਟ ਆ ਨਾਈਸ ਸ਼ਰਟ ਦੇਖੋ ਕਿੰਨੀ ਜ਼ਿਆਦਾ ਪਿਆਰੀ ਆ ਕਿੰਨਾ ਪਿਆਰਾ ਵਰਕ ਕਰਵਾਇਆ ਉਹਨਾਂ ਨੇ ਮੈਨੂੰ ਤਾਂ ਸੀਰੀਅਸਲੀ ਬੜਾ ਸੋਹਣਾ ਸੂਟ ਲੱਗਿਆ ਕਿੰਨੂੰ ਇਹ ਹਾਂ ਐਂਡ ਫੈਬਰਿਕ ਵੀ ਬਹੁਤ ਪਿਆਰਾ ਹੈ ਬੜਾ ਜ਼ਿਆਦਾ ਪਿਆਰਾ ਸੂਟ ਲੱਗਿਆ ਸੀਰੀਅਸਲੀ ਹਜੇ ਦੀ ਸਵੇਰੇ ਦੇਖਿਓ ਗ੍ਰੇਸ ਆਉਂਦੀ ਇਸ ਲੜਕੇ ਕੋ ਕਾਲੀ ਹੋ ਜਾਂਦੀ ਹੈ ਤੇ ਹੁਣ ਆ ਨਵੀਂ ਚਾਦਰ ਆ ਗਈ ਤਾਂ ਅੱਜ ਹੀ ਵਿਛਾਣੀ ਆ ਵਾਲੀ ਵੀ ਕਾਵੜੀ ਆ ਵਾਲੀ ਵਿਛਾਉਣਾ ਨਾ ਇਹਦੇ ਨਾਲ ਮੈਚ ਕਰਦੀ ਕਾਲੀ ਇੰਨੀ ਅੰਦਰ ਇੰਨੀ ਕਾਲੀ ਇਹ ਸਾਡੇ ਬਲੱਡ ਲਾਈਨ ਚ ਮੈਮ ਸੋ ਬਿਊਟੀਫੁਲ ਸੋ ਐਲੀਗੈਂਟ ਜਸਟ ਲੁਕਿੰਗ ਲਾਈਕ ਅ ਜਿਵੇਂ ਵਾਟਰ ਕਲਰਸ ਨਾਲ ਬਣਾਈ ਹੁੰਦੀ ਐਦਾਂ ਲੱਗ ਰਿਹਾ ਲਾਈਫ ਸਟਾਈਲ ਚ ਐਕਚੁਅਲ ਚ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਘਰ ਦੀਆਂ ਵੀ ਮੈਨੂੰ ਉਹਨਾਂ ਦਾ ਹੋਮ ਡੈਕੋਰ ਬਹੁਤ ਵਧੀਆ ਲੱਗਦਾ ਕਰੌਕਰੀ ਹੋਮ ਡੈਕੋਰ ਹੋ ਗਿਆ ਨਾ ਕਿ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਨਾ ਵੀ ਬਾਹਰਲੇ ਕੰਟਰੀਜ਼ ਚ ਵਧੀਆ ਚੀਜ਼ਾਂ ਮਿਲਦੀਆਂ ਨੇ ਸਾਰਿਆਂ ਨੂੰ ਦੱਸਦੇ ਨਹੀਂ ਇੰਡੀਆ 'ਚ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਅਸੀਂ ਇਹੋ ਜਿਹੀਆਂ ਚੀਜ਼ਾਂ ਉੱਥੇ ਭਾਲਦੇ ਹੁੰਦੇ ਹਾਂ ਆਪਾਂ ਕਿ ਆਪਾਂ ਨੂੰ ਇਹੋ ਜਿਹਾ ਟੱਚ 'ਚ ਕੁਛ ਮਿਲੇ ਉੱਥੇ ਵਰਾਇਟੀ ਬਹੁਤ ਘੱਟ ਹੈ ਹੈ ਨਾ
ਮਤਲਬ ਕਿ ਉੱਥੇ ਜਿਹੜੀਆਂ ਆਪਾਂ ਚੀਜ਼ਾਂ ਪਾਲਦੇ ਉਹ ਮਿਲਦੀਆਂ ਨੇ ਈਜ਼ੀਲੀ ਉਹ ਸੇਮ ਸੇਮ ਚੀਜ਼ਾਂ ਸਾਰੀਆਂ ਸ਼ੌਪਸ ਤੇ ਪਈਆਂ ਹੁੰਦੀਆਂ ਨੇ ਔਰ ਇਹ ਵੈਰਾਈਟੀ ਆ ਵੇਰੀਏਸ਼ਨ ਆ ਓ ਵਾਓ ਨੀ ਅੱਡ ਬਾਬਾ ਨਾਮ ਦਿਓ ਪਿੱਛੇ ਪਿੱਛੇ ਓਏ ਤੂੰ ਨਾ ਕਰੀ ਗਲਤ ਕੰਮ ਓਏ ਨਾ ਤੁਹਾਡੇ ਦੋਵਾਂ ਦੇ ਫਿਰ ਚੱਲ ਤੂੰ ਮੈਨੂੰ ਤਾਂ ਲਾਗਾ ਇੱਕ ਵਾਰੀ ਫੇਵਰੇਟ ਵਾਲੀ ਜੈਕਟ ਪਾ ਲਓਗੇ ਲੈ ਕੇ ਸੌਂਗੀ ਸਰਾਣੇ ਵਾਂਗੂ